ਅਜਨਾਲਾ ਜਾਣਗੇ ਪਰਮੇਸ਼ਰ ਦੁਆਰ। ਜੀ ਹਾਂ, ਇਹ ਸੱਚ ਹੋਣ ਜਾ ਰਿਹਾ। ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਵੀਡੀਓ ਜਾਰੀ ਕਰਕੇ ਭਾਈ ਟੱਡਰੀਆਂਵਾਲਾ ਨਾਲ ਵਿਚਾਰ ਕਰਨ ਲਈ ਉਹ ਪਰਮੇਸ਼ਰ ਦੁਆਰ ਜਾਣਗੇ। ਵੀਡੀਓ ਜਨਤਕ ਕਰਨ ਤੋਂ ਬਾਅਦ ਜਿੱਥੇ ਪਟਿਆਲਾ ਪੁਲਿਸ ਚੌਕਸੀ ਵਰਤ ਰਹੀ ਹੈ, ਹੁਣ ਮਾਮਲਾ ਇਹ ਵੀ ਬਣ ਚੁੱਕਿਆ ਹੈ ਕਿ ਪਰਮੇਸ਼ਰ ਦੁਆਰ ਦੀ ਧਰਤੀ ਤੇ ਟੱਡਰੀਆਂਵਾਲਾ ਇਹਨਾਂ ਟਕਸਾਲੀਆਂ ਨਾਲ ਵਿਚਾਰ ਕਰਨਗੇ। ਪਿਛਲੇ ਸਮੇਂ ਵਿੱਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਟੱਡਰੀਆਂਵਾਲਾ ਦੇ ਦੀਵਾਨਾ ਦਾ ਭਾਈ ਅਮਰੀਕ ਸਿੰਘ ਅਜਨਾਲਾ ਦਮਦਮੀ ਟਕਸਾਲ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਭਾਈ ਟੱਡਰੀਆਂਵਾਲਾ ਤੇ ਇਲਜ਼ਾਮ ਹੈ ਕਿ ਟੱਡਰੀਆਂਵਾਲਾ ਸਿੱਖ ਇਤਿਹਾਸ ਨੂੰ ਗਲਤ ਤੱਥਾਂ ਨਾਲ ਪੇਸ਼ ਕਰ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰਣਜੀਤ ਸਿੰਘ ਟੱਡਰੀਆਂਵਾਲਾ ਵਿਵਾਦ ਤੇ ਬਣਾਈ ਗਈ 5 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ ਟੱਡਰੀਆਂਵਾਲਾ ਨਾ ਤਾਂ ਅਕਾਲ ਤਖਤ ਅੱਗੇ ਪੇਸ਼ ਹੋਏ ਅਤੇ ਦੀਵਾਨ ਨਾ ਲਗਾਉਣ ਦਾ ਫੈਸਲਾ ਕਰ ਲਿਆ। ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਭਲੀ ਪਤਾ ਹੈ ਕਿ ਢੱਡਰੀਆਂ ਵਾਲੇ ਵਾਲਾ ਜਿਹੜਾ ਪੰਥਕ ਵਿਵਾਦ ਉਹ ਚੱਲਦਾ ਹੈ। ਅੱਜ ਤੋਂ 14-15 ਦਿਨ ਪਹਿਲਾਂ ਢੱਡਰੀਆਂ ਵਾਲੇ ਨੇ ਚੈਲੰਜ ਕੀਤਾ ਸੀ ਅਤੇ ਉਹਦਾ ਚੈਲੰਜ ਕਬੂਲ ਕੀਤਾ ਸੀ ਕਿ ਅਸੀਂ ਤੇਰੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਤਿਆਰ ਹਾਂ, ਜਗ੍ਹਾ ਵੀ ਤੇਰੀ, ਸਮਾਂ ਵੀ ਤੇਰਾ, ਤਰੀਕ ਵੀ ਤੇਰੀ ਅਤੇ ਸਵਾਲ ਵੀ ਤੇਰੇ ਆ, ਪਰ ਅਸੀਂ ਉਹਦੇ ਚੈਲੰਜ ਨੂੰ ਉਹਦੇ ਸਮੇਂ ਨੂੰ ਉਡੀਕਦੇ ਰਹੇ ਹਾਂ। ਅੱਜ 14 ਦਿਨ ਬੀਤ ਗਏ ਆ, ਨਾ ਤਾਂ ਢੱਡਰੀਆਂ ਵਾਲੇ ਨੇ ਤਰੀਕ ਦਿੱਤੀ, ਨਾ ਸਮਾਂ ਦਿੱਤਾ, ਨਾ ਜਗ੍ਹਾ ਦਿੱਤੀ ਆ, ਅਤੇ ਨਾ ਕੋਈ ਸਾਨੂੰ ਉਹਨੇ ਸਵਾਲ ਕੀਤਾ। ਗੁਰਮੁਖੋ, ਅਸੀਂ ਅੱਜ 14 ਦਿਨ ਉਡੀਕਣ ਤੋਂ ਬਾਅਦ ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਸ਼੍ਰੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੀ ਯਾਤਰਾ ਹੋਲੇ ਮਹੱਲੇ ਦੀ ਕਰਨ ਵਾਸਤੇ ਟਿਕਟਾਂ ਕਰਾਈਆਂ ਸਨ। ਅਸੀਂ ਜਥੇ ਦੇ ਰੂਪ ਵਿੱਚ ਯਾਤਰਾ ਕਰਨ ਵਾਸਤੇ ਤਖ਼ਤ ਸ਼੍ਰੀ ਪਟਨਾ ਸਾਹਿਬ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਹਾਂ, ਪਰ ਜਿਹੜੀ ਢੱਡਰੀਆਂ ਵਾਲਿਆਂ ਦੇ ਹਮਾਇਤੀ ਆ ਉਹਨਾਂ ਦੇ ਮਨ ਵਿੱਚ ਕੋਈ ਸ਼ੰਕੇ ਪਏ ਸਨ, ਸ਼ਾਇਦ ਸਾਡੇ ਤੋਂ ਭਾਈ ਅਮਰੀਕ ਸਿੰਘ ਡਰ ਗਿਆ ਜਾਂ ਕਿਤੇ ਲੁੱਕ ਕੇ ਬਹਿ ਗਿਆ, ਇਹਨਾਂ ਦੀ ਕੋਈ ਵੀਡੀਓ, ਇਹਨਾਂ ਦੀ ਕੋਈ ਖਬਰ ਨਹੀਂ ਆਈ। ਗੁਰਮੁਖੋ, ਅਸੀਂ ਡਰੇ ਵੀ ਨਹੀਂ, ਅਸੀਂ ਲੁਕੇ ਵੀ ਨਹੀਂ। ਢੱਡਰੀਆਂ ਵਾਲੇ ਵੱਲੋਂ ਅਸੀਂ ਸਮੇਂ ਦੀ ਉਡੀਕ ਕਰਦੇ ਸੀ ਕਿ ਸਾਨੂੰ ਸਮਾਂ ਦਿੱਤੇ ਹੋਏ ਸਮੇਂ ਦੇ ਅਨੁਸਾਰ ਅਸੀਂ ਜਾ ਕਰਕੇ ਇਹਦੇ ਨਾਲ ਪੰਥਕ ਮੁੱਦਿਆਂ 'ਤੇ ਵਿਚਾਰ ਚਰਚਾ ਕਰੀਏ। ਨਾ ਤਾਂ ਤਰੀਕ ਦਿੱਤੀ ਆ, ਨਾ ਸਮਾਂ ਦਿੱਤਾ, ਨਾ ਜਗ੍ਹਾ ਦੱਸੀ ਆ। ਅਸੀਂ ਇੰਨਾ ਚਿਰ ਉਡੀਕਣ ਤੋਂ ਬਾਅਦ ਹੁਣ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅਸੀਂ ਹੁਣ ਪਰਮੇਸ਼ਰ ਦਰਬਾਰ ਜਾ ਕਰਕੇ ਇਹਦੇ ਨਾਲ ਵਿਚਾਰ ਚਰਚਾ ਕਰਾਂਗੇ। ਫਿਰ ਜਿਹੜੀ ਚਰਚਾ ਵਿਚਾਰ ਆ ਪੰਥਕ ਮੁੱਦਿਆਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੰਗਤ ਦੇ ਸਾਹਮਣੇ ਕੀਤੀ ਜਾਵੇਗੀ। ਇਹਨੇ ਕਾਨੂੰ ਸਮਾਂ, ਕੋਈ ਤਰੀਕ, ਜਗ੍ਹਾ ਨਹੀਂ ਦੱਸੀ। ਹੁਣ ਇਹਦੀ ਉਡੀਕ ਤੋਂ ਬਾਅਦ ਅਸੀਂ ਗੁਰਸਿੱਖ ਸਿੰਘਾਂ ਦੇ ਨਾਲ ਮਿਲ ਕਰਕੇ ਇਹ ਫੈਸਲਾ ਕੀਤਾ ਕਿ ਪਰਮੇਸ਼ਰ ਦਰਬਾਰ ਜਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੰਗਤਾਂ ਦੇ ਸਾਹਮਣੇ ਇਹਦੇ ਨਾਲ ਵਿਚਾਰ ਚਰਚਾ ਕਰਾਂਗੇ। ਇਹ ਸਾਡੀ ਸਾਰੀ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।